ਜਿਹੜੇ ਕੌਮ ਦੇ ਵਿੱਚ ਦਲਾਲ ਬੈਠੇ ਹੋਏ ਨੇ, ਜਿਹੜੇ ਗਲਤ ਕੰਮ ਕਰਦੇ ਆ, ਜਿਹੜਾ ਪਖੰਡਵਾਦ ਫੈਲਾਉਂਦੇ ਨੇ, ਉਹਨਾਂ ਨੂੰ ਕੱਖ ਨਹੀਂ ਹੁੰਦਾ, ਉਹ ਖਾ ਕੇ ਏਡੇ ਏਡੇ ਫਿੱਟੇ ਪਏ ਨੇ, ਠੀਕ ਹੈ। ਜਿਹੜੇ ਬੋਲਣ ਵਾਲੇ ਆ, ਮੌਤ ਹੋਣਾ ਬੜਾ ਵੱਡਾ ਸ਼ੱਕ ਦੇ ਘੇਰੇ 'ਚ ਆਉਂਦਾ। ਬਾਕੀ ਪੋਸਟਮਾਰਟਮ ਦੀ ਰਿਪੋਰਟ ਜਿੰਨਾ ਚਿਰ ਤੱਕ ਨਹੀਂ ਆਉਂਦੀ, ਉਨਾ ਚਿਰ ਤੱਕ ਆਪਾਂ ਖੁੱਲ੍ਹ ਕੇ ਕਹਿ ਨਹੀਂ ਸਕਦੇ ਇਹਦੇ ਕਾਰਨ ਕੀ ਬਣੇ ਹੋਣਗੇ। ਮੌਕੇ 'ਤੇ ਉਹਨਾਂ ਦੇ ਸਹੁਰਾ ਸਾਹਿਬ ਗਏ ਆ, ਉਹ ਵੀ ਕੁਝ ਦੱਸ ਸਕਦੇ ਆ ਕਿ ਉਹ ਉਸ ਸਮੇਂ ਸਿਚੁਏਸ਼ਨ ਕਿੱਦਾਂ ਦੀ ਸੀਗੀ। ਬਾਕੀ ਬੜੀਆਂ ਚੀਜ਼ਾਂ ਗੁੰਝਲਾਂ ਨੇ, ਆਸ ਨਹੀਂ ਹੈਗੀ ਕਿ ਇਹ ਕਦੇ ਖੁੱਲ੍ਹਣਗੀਆਂ। ਉਹਨਾਂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਆਪਾਂ ਰਾਜਸਥਾਨ ਗਏ ਸੀਗੇ, ਕਿਸੇ ਪੰਥਕ ਕਾਰਜ ਨੂੰ ਗਏ ਸੀਗੇ। ਕਾਫੀ ਜ਼ਿਆਦਾਤਰ ਲੋਕਾਂ ਨੂੰ ਹਜੇ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਕੁਛ ਕੁ ਮੀਡੀਆ ਵਾਲੇ ਨੇ ਗੱਲ ਕੀਤੀ ਆ ਕਿ ਉਹ ਜੀ ਜੈਪੁਰ ਗਏ ਸੀਗੇ, ਕੁਛ ਇੱਦਾਂ ਦੀਆਂ ਚੀਜ਼ਾਂ ਨੇ, ਕਿਉਂਕਿ ਇਹਦੇ 'ਚ ਧਾਰਮਿਕ ਪੱਖ ਜੁੜੇ ਹੋਏ। ਇਸ ਕਰਕੇ ਆਪਾਂ ਮੈਂ ਪੂਰੀ ਗੱਲ ਜਿਹੜੀ ਉਹ ਨਹੀਂ ਦੱਸਣਾ ਚਾਹੁੰਦਾ, ਕਿਉਂਕਿ ਆਪਾਂ ਕਿਸੇ ਬਹੁਤ ਜ਼ਰੂਰੀ ਪੰਥਕ ਕਾਰਜ ਨੂੰ ਆਪਾਂ ਗਏ ਹੋਏ ਸੀਗੇ। ਜੈਪੁਰ 'ਚ ਆਪਾਂ ਨਹੀਂ ਗਏ, ਕਿਸੇ ਹੋਰ ਸ਼ਹਿਰ 'ਚ ਗਏ ਸੀਗੇ। ਆਉਂਦੇ ਸਮੇਂ 'ਚ ਆਪਾਂ ਉਹਦੇ ਜਿਹੜੇ ਖੁਲਾਸੇ ਕਰਾਂਗੇ, ਅਤੇ ਉਹ ਬਹੁਤ ਵੱਡਾ ਕੰਮ ਸੀਗਾ ਕੌਮ ਸਾਡੇ ਵਾਸਤੇ ਵੀ ਬੜੀ ਮਾਣ ਵਾਲੀ ਗੱਲ ਸੀ ਜਦੋਂ ਆਪਾਂ ਉੱਥੇ ਗਏ। ਇੱਕ ਦਿਨ ਜਾਣ ਤੋਂ ਪਹਿਲਾਂ, ਇੱਕ ਦਿਨ ਪਹਿਲਾਂ ਨਕੋਦਰ ਰੈਲੀ ਰੱਖੀ ਗਈ ਸੀਗੀ, ਅਤੇ ਉਦੋਂ ਵੀ ਸੈਣੀ ਸਾਹਿਬ ਨੇ ਮੈਨੂੰ ਫੋਨ ਕੀਤਾ, ਅਤੇ ਵਡਾਲਾ ਸਾਹਿਬ ਦਾ ਵੀ ਮੈਸੇਜ ਆਇਆ ਕਿ ਉੱਥੇ ਤੁਸੀਂ ਪਹੁੰਚਣਾ ਸਾਰਿਆਂ ਨੇ। ਆਪਾਂ ਪਹੁੰਚੇ ਹਾਂ, ਅਤੇ ਉਦਣ ਆਪਾਂ ਤਕਰੀਬਨ 2-3 ਕਿਲੋਮੀਟਰ ਚੱਲੇ ਹਾਂ। ਉਹ ਤੋਂ ਕੁਝ ਦਿਨ ਪਹਿਲਾਂ 10-12 ਕਿਲੋਮੀਟਰ ਦਾ ਮਾਰਚ ਸੀਗਾ, ਜਿਹੜਾ ਖਾਲੜੇ ਪਿੰਡ ਰੱਖਿਆ ਗਿਆ ਸੀਗਾ, ਉਹ ਵੀ ਸੈਣੀ ਸਾਹਿਬ ਵੀ ਪੈਦਲ ਚੱਲੇ, ਮੈਂ ਵੀ ਚੱਲਿਆ। ਉਦੋਂ ਬਾਅਦ ਜਦੋਂ ਆਪਾਂ ਰਾਜਸਥਾਨ ਗਏ ਹਾਂ, ਰਾਜਸਥਾਨ ਆਪਾਂ ਜੈਪੁਰ ਜਦੋਂ ਆਪਾਂ ਦੂਸਰੇ ਦਿਨ ਦੀ ਗੱਲ ਆ, ਅਤੇ 8-9 ਕਿਲੋਮੀਟਰ ਆਪਾਂ ਚੱਲੇ ਹਾਂ। ਆਪਾਂ ਥੱਲੇ ਇੱਕ ਕੋਈ ਕਿਲ੍ਹਾ ਸੀਗਾ, ਉਹਦੇ ਤੋਂ ਆਪਾਂ ਉੱਤੇ ਕਿਲ੍ਹੇ 'ਤੇ ਗਏ ਹਾਂ। ਹਾਲਾਂਕਿ ਉੱਥੇ ਗੱਡੀਆਂ ਵੀ ਜਾਂਦੀਆਂ ਸੀ, ਅਤੇ ਪਰ ਉਦਣ ਆਪਾਂ ਮਨ ਬਣਾ ਲਿਆ ਕਿ ਨਹੀਂ ਆਪਾਂ ਤੁਰਦੇ ਹੀ ਜਾਣਾ। ਅਤੇ ਜਦੋਂ ਆਪਾਂ ਅੱਗੇ ਵੀਡੀਓ 'ਚ ਵੀ ਦਿਖਾਵਾਂਗੇ, ਕਿਉਂਕਿ ਜਿਹੜੀਆਂ ਸੈਣੀ ਸਾਹਿਬ ਦੀਆਂ ਆਖਰੀ ਵੀਡੀਓ ਸੀ ਨਾ, ਉਹ ਸਾਡੇ ਨਾਲ ਹੀ, ਸਾਡੇ ਤਿੰਨਾਂ ਦੀਆਂ, ਮੈਂ ਰਣਜੋਤ ਸਿੰਘ ਚਾਹਲ ਅਤੇ ਤਿੰਨਾਂ ਦੀਆਂ ਇਕੱਠੀਆਂ ਸ਼ੂਟ ਹੋਈਆਂ ਨੇ। ਉਹ ਹਜੇ ਤੱਕ ਪਬਲਿਸ਼ ਨਹੀਂ ਹੋਈਆਂ, ਉਹ ਆਖਰੀ ਵੀਡੀਓ ਸੀ ਉਹਨਾਂ ਦੇ ਚੈਨਲ। ਇਕੱਠੇ ਰਾਜਸਥਾਨ ਗਏ ਸੀ? ਹਾਂਜੀ, ਇਕੱਠੇ ਰਾਜਸਥਾਨ ਗਏ ਸੀ। ਸੋ ਉਹ ਗੱਲ ਨਕੋਦਰ ਦੀ ਹੈ ਕਿ ਨਕੋਦਰ ਤੋਂ ਜਦੋਂ ਆਪਾਂ ਵਾਪਸ ਆਏ ਹਾਂ, ਤਾਂ ਮੈਨੂੰ ਇਹਨਾਂ ਨੇ ਕਿਹਾ ਜੀ ਰਾਜਸਥਾਨ ਜਾਣਾ ਹੈ, ਬੜਾ ਜਿਹੜਾ ਪੰਥਕ ਕਾਰਜ ਹੈ ਉਹਦੇ ਲਈ ਜਾਣਾ। ਅਤੇ ਮੈਂ ਕਿਹਾ ਜੀ ਮੈਂ ਜਾ ਨਹੀਂ ਸਕਦਾ ਕਿ ਮੇਰਾ ਬੜੇ ਦਿਨ ਹੋ ਗਏ, ਮੈਂ ਆਫਿਸ ਨਹੀਂ ਗਿਆ, ਜਾਣਾ ਜ਼ਰੂਰੀ ਆ। ਅਤੇ ਉਹ ਕਹਿੰਦੇ ਜੀ ਨਹੀਂ, ਜਿੱਦਾਂ ਮਰਜ਼ੀ ਕਰੋ, ਤੁਹਾਨੂੰ ਜਾਣਾ ਪੈਣਾ, ਠੀਕ ਹੈ। ਮੈਂ ਕਿਹਾ ਚਲੋ ਠੀਕ ਹੈ, ਆਪਾਂ ਅੱਗੇ ਗਏ ਹਾਂ। ਅਤੇ ਇੱਕ ਗੱਲ ਹੋਰ ਉਹਨਾਂ ਦੀ ਬੜੀ ਅਫਵਾਹ ਕੁਝ ਮੀਡੀਆ ਵਾਲਿਆਂ ਨੇ ਡਾਈ ਆ ਕਿ ਉਹਨਾਂ ਦੀ ਸਿਹਤ ਨਹੀਂ ਠੀਕ, ਜਦੋਂ ਰਾਜਸਥਾਨ ਨਹੀਂ ਗਏ ਉਦੋਂ ਵੀ ਠੀਕ ਨਹੀਂ ਹੈਗੀ। ਸੋ ਇੱਦਾਂ ਦੀ ਕੋਈ ਗੱਲ ਨਹੀਂ ਆ। ਸਾਰੀਆਂ ਵੀਡੀਓ ਜਿਹੜੀਆਂ ਆਪਾਂ ਇਕੱਲੀ ਇਕੱਲੀ ਮੂਵਮੈਂਟ ਦੀ ਵੀਡੀਓ ਬਣਾਈ ਆ, ਫੋਟੋਆਂ ਨੇ ਸਾਡੇ ਕੋਲ, ਉਹਨਾਂ ਦੀ ਸਿਹਤ ਵਿੱਚ ਕੋਈ 1 ਇੰਚ ਦਾ ਵੀ ਫਰਕ ਨਹੀਂ ਹੈਗਾ, ਬਿਲਕੁਲ ਤੰਦਰੁਸਤ ਸੀਗੇ, ਬਹੁਤ ਫਿੱਟ ਫਾਟ ਸੀਗੇ। ਪਰ ਫਿਰ ਬੁਖਾਰ ਦੀ ਗੱਲ ਭਾਜੀ ਕਿੱਥੋਂ ਆਉਂਦੀ ਆ ਕਿ ਉਹਨਾਂ ਨੂੰ ਬੁਖਾਰ ਹੋ ਗਿਆ ਅਚਾਨਕ, ਉਹ ਫਿਰ ਕੀ ਹੋਇਆ ਸੀ? ਉਹ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਦੋਂ ਆਪਾਂ ਰਾਜਸਥਾਨ ਜਿਹੜੇ ਸ਼ਹਿਰ 'ਚ ਜਾਣਾ ਸੀ ਉੱਥੇ ਆਪਾਂ ਪਹੁੰਚੇ ਹਾਂ, ਉਸ ਤੋਂ 1 ਘੰਟਾ ਕੁ ਪਹਿਲਾਂ ਦੀ ਗੱਲ ਆ, ਉਦੋਂ ਇੱਕ ਉਹਨਾਂ ਨੂੰ ਮਾੜਾ ਜਿਹਾ ਬੁਖਾਰ ਸੀਗਾ ਉਦੋਂ ਦੀ ਗੱਲ ਆ, ਠੀਕ ਹੈ। ਇੱਕ ਬੁਖਾਰ ਦੀ ਜਿਹੜੀ ਗੱਲ ਚੁੱਕੀ ਜਾਂਦੀ ਹੈ, ਉਹਨਾਂ ਨੇ ਦਵਾਈ ਲਈ, ਉਹ ਬਿਲਕੁਲ ਠੀਕ ਹੋ ਗਏ। ਉਦੋਂ ਬਾਅਦ ਉਦੋਂ ਅਗਲਾ ਦਿਨ ਚੜਿਆ, ਫਿਰ ਅਗਲਾ ਦਿਨ ਚੜਿਆ, ਕੋਈ ਪ੍ਰੋਬਲਮ ਹੀ ਨਹੀਂ, ਬਿਲਕੁਲ ਫਿੱਟ ਫਾਟ ਠੀਕ ਹੈ। ਫਿਰ ਦੂਸਰੇ ਦਿਨ ਤੁਹਾਨੂੰ ਦੱਸਿਆ ਕਿ ਰਾਜਸਥਾਨ ਦੇ ਆਪਾਂ ਕਿਲ੍ਹੇ ਫਿਰੇ ਹਾਂ, ਠੀਕ ਹੈ, ਘੁੰਮ ਫਿਰ ਕੇ। ਉਦੋਂ ਅਗਲੇ ਦਿਨ ਆਪਾਂ ਵਾਪਸ ਆਏ ਹਾਂ, ਜਦੋਂ ਵਾਪਸ ਵੀ ਆਏ ਹਾਂ, ਅਤੇ ਫਿਰ ਵੀ ਆਉਂਦੇ ਵੇਲੇ ਵੀ ਆਪਾਂ ਰਾਹ 'ਚ ਸ਼ੂਟ ਕੀਤਾ ਇੱਕ ਪਟਿਆਲੇ ਤੋਂ ਕਾਫੀ ਪਿੱਛੇ, ਹਰਿਆਣੇ 'ਚ ਪੈਂਦੀ ਸ਼ਾਇਦ ਉਹ ਜਗ੍ਹਾ, ਉੱਥੇ ਵੀ ਆਪਾਂ ਸ਼ੂਟ ਕੀਤਾ, ਅਤੇ ਬਿਲਕੁਲ ਫਿੱਟ ਫਾਟ ਸੀਗੇ। ਇਹਨਾਂ ਦੇ ਘਰ ਆ ਕੇ ਇਹਨਾਂ ਨੇ ਆਪਣੇ ਰੋਟੀ ਰਾਟੀ ਜਿਹੜੀ ਆ ਉਹ ਮੰਗਵਾਈ ਹੋਈ ਸੀਗੀ, ਫਿਰ ਆਪਾਂ ਰੋਟੀ ਖਾਧੀ ਹੈ। ਸੈਣੀ ਸਾਹਿਬ ਨੇ ਉਦੋਂ ਰੋਟੀ ਨਹੀਂ ਖਾਧੀ, ਕਿਉਂਕਿ ਇਹ ਸ਼ਾਮ ਨੂੰ ਰੋਟੀ ਜਿਹੜੀ ਉਹ ਨਹੀਂ ਖਾਂਦੇ ਹੁੰਦੇ, ਬਹੁਤ ਘੱਟ ਕਿਤੇ ਖਾਂਦੇ ਹੁੰਦੇ ਸੀਗੇ।
ਸੋ ਆਪਾਂ ਖਾ ਖੂ ਕੇ ਅਤੇ ਆਪਾਂ ਚੰਡੀਗੜ੍ਹ ਆ ਗਏ। ਸ਼ਨੀਵਾਰ ਆਪਾਂ ਆਏ ਹਾਂ ਅਤੇ ਸੋਮਵਾਰ ਇਹਨਾਂ ਦੀ ਜਿਹੜੀ ਡੈਥ ਹੋ ਜਾਂਦੀ ਹੈ ਅਤੇ ਸੋਮਵਾਰ ਵੀ ਮਤਲਬ ਐਤਵਾਰ ਸ਼ਾਮ ਤੱਕ ਰਾਤ ਤੱਕ ਇਹਨਾਂ ਨਾਲ ਗੱਲਬਾਤ ਹੁੰਦੀ ਰਹੀ ਆ, ਕਿਉਂਕਿ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਕਿ ਆਪਾਂ ਕੰਮ ਗਏ ਸੀਗੇ ਉਸੇ ਸੰਬੰਧ 'ਚ ਅੱਗੇ ਹੋਰ ਜਿਹੜੇ ਕੰਮ ਕਾਫੀ ਕਰਨ ਵਾਲੇ ਪਏ ਸੀਗੇ ਅਤੇ ਉਹਦੇ ਡਿਸਕਸ਼ਨ ਜਿਹੜੀ ਹੈ ਆਪਣੀ ਮੇਰੀ ਵਡਾਲਾ ਜੀ ਦੀ, ਭਾਈ ਖੋਸਾ ਜੀ ਦੀ, ਸਾਰੀਆਂ ਡਿਸਕਸ਼ਨਾਂ ਆਪਸ 'ਚ ਚੱਲਦੀਆਂ ਰਹੀਆਂ ਨੇ ਅਤੇ ਐਤਵਾਰ ਤੱਕ ਸ਼ਾਮ ਤੱਕ ਗੱਲਬਾਤ ਹੁੰਦੀ ਰਹੀ ਹੈ ਅਤੇ ਸੋਮਵਾਰ ਵਾਲੇ ਦਿਨ ਇੱਕ ਜਿਹੜਾ ਕੰਮ ਕਰਨਾ ਸੀ ਆਪਾਂ ਉਹ ਕੰਪਲੀਟ ਹੋ ਚੁੱਕਿਆ ਸੀਗਾ, ਫਿਰ ਉਹ ਆਪਾਂ ਇਹਨਾਂ ਨੂੰ ਦੱਸਣਾ ਸੀਗਾ ਅਤੇ ਮੈਂ ਪਿੰਡ ਆਪਣੇ ਕਿਸੇ ਕੰਮ 'ਚ ਘਰ ਮੈਂ ਬਿਜ਼ੀ ਹੋ ਗਿਆ, ਸ਼ਾਮ ਨੂੰ ਮੈਂ ਫੋਨ ਕਰਨਾ ਸੀ। ਉਹ ਤੋਂ ਪਹਿਲਾਂ ਮੈਨੂੰ ਆਪਣੇ ਮਖੂ ਜੀ ਦਾ ਫੋਨ ਆ ਗਿਆ, ਉਹਨਾਂ ਨੇ ਮੈਨੂੰ ਦੱਸਿਆ ਕਿ ਯਾਰ ਬਾਜਵੇ ਕੋਈ ਖਬਰ ਸੁਣੀ ਹੈ, ਤਾਂ ਮੈਂ ਕਿਹਾ ਕਿਹੜੀ ਖਬਰ? ਕਹਿੰਦੇ ਜੀ ਸੈਣੀ ਦੀ ਇੱਦਾਂ ਡੈਥ ਹੋ ਗਈ ਹੈ। ਮੈਂ ਉਹ ਲੋਕ ਬਾਦਲ ਕਿਆ ਨਾ ਉਹਨਾਂ ਦਾ ਪੰਗਾ, ਐਸ ਜੀ ਪੀ ਸੀ ਨਾਲ ਪੰਗਾ, ਅਤੇ ਅਫਵਾਹਾਂ ਕਈ ਚੱਲਦੀਆਂ ਰਹਿੰਦੀਆਂ ਨੇ। ਮੈਂ ਕੋਈ ਨਹੀਂ ਸੀਰੀਅਸ ਨਾ ਲਓ, ਮੈਂ ਹੁਣੇ ਸੈਣੀ ਸਾਹਿਬ ਨਾਲ ਗੱਲ ਕਰਦਾ। ਮੈਂ ਜਦੋਂ ਫੋਨ ਲਾਏ ਆ ਕਿਸੇ ਨੇ ਫੋਨ ਨਹੀਂ ਚੱਕੇ, ਮੈਂ ਕਾਫੀ ਦੇਰ ਤੱਕ ਫੋਨ ਲਾਉਂਦਾ ਰਿਹਾ। ਇਹਨਾਂ ਕੋਲ ਮੁੰਡਾ ਕੰਮ ਕਰਦਾ ਸੀਗਾ ਇੱਕ ਐਡੀਟਰ ਇਹਨਾਂ ਦਾ, ਮੈਂ ਉਹਨੂੰ ਵੀ ਫੋਨ ਲਾਇਆ, ਉਹਨੇ ਵੀ ਨਹੀਂ ਚੱਕੇ। ਫਿਰ ਖੋਸਾ ਸਾਹਿਬ ਨਾਲ ਗੱਲ ਹੋਈ, ਉਹ ਵੀ ਕਹਿੰਦੇ ਕਿ ਖਬਰ ਸੁਣੀ ਹੈ ਪਰ ਕਨਫਰਮ ਹਜੇ ਮੈਂ ਨਹੀਂ ਕਰ ਸਕਦਾ। ਚਲੋ ਕਾਫੀ ਸੰਘਰਸ਼ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਦੀ ਡੈਥ ਹੋ ਚੁੱਕੀ ਹੈ ਅਤੇ ਸਾਡੇ ਵਾਸਤੇ ਉਹ ਜਿਹੜਾ ਉਹ ਟਾਈਮ ਹੀ ਨਾ ਬਹੁਤ ਜ਼ਿਆਦਾ ਮਾੜਾ ਸੀਗਾ। ਮਾੜੇ ਦੇ ਕਾਰਨ ਬੜੇ ਸੀਗੇ, ਇੱਕ ਕੀ ਆ ਕਿ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲ ਰਿਹਾ ਸੀਗਾ। ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਖਨੌਰੀ ਬਾਰਡਰ ਅਤੇ ਸ਼ੰਭੂ ਮੋਰਚਾ ਜਿਹੜਾ ਲੱਗਿਆ, ਆਪਾਂ ਇਕੱਠੇ ਇਹਦੇ 'ਤੇ ਕਵਰੇਜ ਕਰ ਰਹੇ ਸੀ। ਉੱਥੋਂ ਸੈਣੀ ਸਾਹਿਬ ਆ ਜਾਂਦੀ, ਉੱਥੋਂ ਅਸੀਂ ਆ ਜਾਂਦੇ, ਇਕੱਠੇ ਸਾਰੀਆਂ ਕਵਰੇਜ ਆਪਾਂ ਕਰਦੇ ਰਹੇ ਹਾਂ। ਇੱਕ ਦੂਜਾ ਆਪਾਂ ਫਿਲਮ ਸ਼ੁਰੂ ਕਰਨ ਜਾ ਰਹੇ ਸੀ, ਹਾਂ ਬਹੁਤ ਇੱਕ ਵੱਡਾ ਪ੍ਰੋਜੈਕਟ ਸੀਗਾ ਅਤੇ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਸੀ। ਸੈਣੀ ਸਾਹਿਬ ਨੇ ਸਟੋਰੀ ਲਿਖੀ ਸੀ, ਬਹੁਤ ਵਧੀਆ ਸਟੋਰੀ ਲਿਖੀ ਸੀ। ਇਹ ਜਿਹੜਾ ਇਹਦੇ 'ਚ ਦੋ ਚੀਜ਼ਾਂ ਉਹਦੇ 'ਚ ਮੇਲ ਖਾਂਦੀਆਂ ਸੀਗੀਆਂ, ਇੱਕ ਪਖੰਡਵਾਦ ਅਤੇ ਇੱਕ ਜਿਹੜਾ ਐਸ ਜੀ ਪੀ ਸੀ ਦੇ ਵਿੱਚ ਜਿਹੜੇ ਕੁਛ ਕੁ ਬੰਦੇ ਜਿਹੜੇ ਖਰਾਬ ਆ, ਉਹ ਸਾਰੀਆਂ ਚੀਜ਼ਾਂ ਮਿਲਾ ਕੇ ਇੱਕ ਬੜੀ ਤਗੜੀ ਸਟੋਰੀ ਜਿਹੜੀ ਆ ਉਹ ਸੈਣੀ ਸਾਹਿਬ ਨੇ ਲਿਖੀ ਸੀ, ਜਿਹਦਾ ਉਹ ਸਕਰੀਨ ਪਲੇ ਵਗੈਰਾ ਸਾਰਾ ਕੁਛ ਅੱਗੇ ਤਿਆਰ ਕਰਦੇ ਪਏ ਸੀ। ਸਾਡਾ ਪਲਾਨ ਸੀਗਾ 2 ਤੋਂ 2.5 ਮਹੀਨੇ ਦੇ ਅੰਦਰ ਅੰਦਰ ਉਹਦੀ ਆਪਾਂ ਸ਼ੂਟਿੰਗ ਜਿਹੜੀ ਆ ਸ਼ੁਰੂ ਕਰਨੀ ਸੀਗੀ। ਇੱਕ ਸਾਡੇ ਅਸੀਂ ਪਹਿਲਾਂ ਵੀ ਇੱਕ ਸਾਧ ਸੀਗਾ ਸਰੂਪਾ ਠੱਗ, ਉਹਦੀ ਵੈਬ ਸੀਰੀਜ਼ 'ਤੇ ਸਾਡੇ ਪਹਿਲਾਂ ਵੀ ਕੰਮ ਚੱਲ ਰਿਹਾ, ਠੀਕ ਹੈ। ਉੱਧਰੋਂ ਸੈਣੀ ਸਾਹਿਬ ਦੇ ਦਿਮਾਗ 'ਚ ਆਈਡੀਆ ਚੱਲਦਾ ਸੀ ਅਤੇ ਇੱਕ ਬੜਾ ਵੱਡਾ ਪ੍ਰੋਜੈਕਟ ਸ਼ੁਰੂ ਕਰਨਾ ਸੀ ਅਤੇ ਸਾਡੇ ਮਨ 'ਚ ਬੜਾ ਜ਼ਿਆਦਾ ਚਾਅ ਸੀਗਾ ਕਿ ਅਸੀਂ ਐਡਾ ਵੱਡਾ ਪ੍ਰੋਜੈਕਟ ਜਿਹੜਾ ਸ਼ੁਰੂ ਕਰ ਰਹੇ ਹਾਂ, ਇਹਦੇ 'ਚ ਕੌਮ ਨੂੰ ਵੀ ਸੇਧ ਮਿਲੂਗੀ, ਆਮ ਲੋਕਾਂ ਨੂੰ ਵੀ ਕਾਫੀ ਕੁਛ ਸਿੱਖਣ ਨੂੰ ਮਿਲੇਗਾ। ਸਾਡੇ ਲਈ ਇੱਕ ਬੜੀਆਂ ਮਤਲਬ ਬਹੁਤ ਚੀਜ਼ਾਂ ਸੀ ਜਿਹੜੀਆਂ ਸਿੱਖਣ ਵਾਲੀਆਂ। ਜਿਹੜੇ ਸਾਡੀ ਟੀਮ ਜਿਹੜੇ ਮੇਰੇ ਨਾਲ ਮੇਰੇ ਸੱਜਣ ਮਿੱਤਰ ਸੀਗੇ, ਉਹਨਾਂ ਨੂੰ ਰੋਜ਼ ਦੀ ਰੋਜ਼ ਨਵੇਂ ਤੋਂ ਨਵੇਂ ਲੈਸਨ ਦੱਸਦੇ ਸੀਗੇ ਕਿ ਤੁਸੀਂ ਮੀਡੀਆ 'ਚ ਕਿੱਦਾਂ ਕੰਮ ਕਰਨਾ, ਕਿਹੜੇ ਕਿਹੜੇ ਜਿਹੜੇ ਸ਼ਬਦ ਆ ਉਹ ਨਹੀਂ ਵਰਤਣੇ, ਕੀ ਕਰਨਾ, ਇੱਕ ਇੱਕ ਚੀਜ਼ ਜਿਹੜੀ ਉਹ ਦੱਸਦੇ ਸੀਗੇ। ਮਤਲਬ ਸਾਡੇ ਵਾਸਤੇ ਜਿਹੜਾ ਨਾ ਇਹ ਜਿਹੜਾ ਘੱਟ ਹੈ ਕਦੇ ਪੂਰਾ ਨਹੀਂ ਹੋ ਸਕਦਾ, ਕੌਮ ਨੂੰ ਤਾਂ ਚਲੋ ਪਿਆ, ਵੀ ਬਾਕੀ ਪੱਤਰਕਾਰੀ ਜਿਹੜੀ ਹੈ ਨਾ ਇਹ ਇੱਥੇ ਹੈ ਨਹੀਂ ਇਸ ਟਾਈਮ। ਤੁਸੀਂ ਦੇਖਦੇ ਹੋ ਕੋਈ ਵੀ ਮੀਡੀਆ ਦੇ ਵਿੱਚ ਜੇ ਕੋਈ ਬੋਲਦਾ ਰਾਤੋਂ ਰਾਤ ਉਹਦਾ ਚੈਨਲ ਡਾ ਦਿੱਤਾ ਜਾਂਦਾ, ਜਿੱਦਾਂ ਜਸਵੀਰ ਸਿੰਘ ਹੁਣੀ ਇੱਥੇ ਆਏ ਸੀਗੇ ਉਹਨਾਂ ਦਾ ਵੀ ਚੈਨਲ ਡਾ ਦਿੱਤਾ, ਹੋਰ ਕਈਆਂ ਦੇ, ਸਾਡੇ ਵੀ ਇੱਕ ਵਾਰੀ ਚੈਨਲ ਉੱਡ ਚੁੱਕਿਆ ਫਿਰ ਬਾਅਦ 'ਚ ਰਿਕਵਰ ਹੋਇਆ। ਇਸ ਕਰਕੇ ਬੜੀ ਮੁਸ਼ਕਲ ਨਾਲ ਸਿੱਖਾਂ ਦੇ ਵਿੱਚ ਪੰਜਾਬ ਦੇ ਵਿੱਚ ਬੇਬਾਕੀ ਨਾਲ ਬੋਲਣ ਵਾਲਾ ਪੱਤਰਕਾਰ ਸੀਗਾ ਪ੍ਰੀਤ ਸਿੰਘ ਸੈਣੀ, ਅਤੇ ਉਹਦਾ ਇੱਕ ਜਾਣਾ ਇੱਕ ਬਹੁਤ ਵੱਡਾ ਘਾਟਾ ਕੌਮ ਨੂੰ ਵੀ ਅਤੇ ਸਾਡੇ ਵਾਸਤੇ ਵੀ। ਬਾਈ ਸਾਹਿਬ ਘਾਟਾ ਬੇਸ਼ੱਕ ਹੈਗਾ ਆ, ਪਰ ਇਹ ਘਾਟਾ ਪਿਆ ਕਿੱਦਾਂ, ਇਹਦਾ ਕਾਰਨ ਕੀ ਹੈ? ਬਹੁਤ ਬਹੁਤ ਸਵਾਲ ਖੜ੍ਹੇ ਹੋ ਰਹੇ ਹਨ ਜਦ ਦੀ ਪ੍ਰੀਤ ਸਾਹਿਬ ਦੀ ਮੌਤ ਹੋਈ ਹੈ, ਉਸ ਤੋਂ ਬਾਅਦ ਹੁਣ ਤੱਕ ਦੇ ਸਵਾਲ ਹੀ ਸਵਾਲ ਹੈ, ਜਵਾਬ ਕਿਤੇ ਨਹੀਂ ਲੱਭਦਾ ਪਿਆ। ਅਚਾਨਕ ਉਹਨਾਂ ਦੀ ਮੌਤ ਹੋ ਜਾਂਦੀ, ਜਿਵੇਂ ਤੁਸੀਂ ਦੱਸਿਆ ਦਿਨਾਂ ਦਾ ਵੀ ਵਕਤ ਨਹੀਂ ਪਿਆ, ਦਿਨਾਂ ਦਾ ਵੀ ਫਰਕ ਨਹੀਂ ਪਿਆ, ਕੁਝ ਘੰਟਿਆਂ ਦਾ ਫਰਕ ਪਿਆ ਗੱਲ ਹੋਈ ਤੋਂ ਬਾਅਦ, ਅਤੇ ਅਚਾਨਕ ਮੌਤ ਦੀ ਖਬਰ ਆ ਗਈ। ਕੀ ਸਮਝਦੇ ਹੋ, ਕਿਉਂਕਿ ਵੱਖ ਵੱਖ ਹੁਣ ਕਾਰਨ ਦੱਸੇ ਜਾ ਰਹੇ, ਹਰ ਕੋਈ ਆਪਣੇ ਤਰ੍ਹਾਂ ਦਾ ਕਾਰਨ ਦੱਸ ਰਿਹਾ, ਤੁਹਾਨੂੰ ਕੀ ਲੱਗਦਾ? ਤੁਹਾਡੇ ਨਾਲ ਤਾਂ ਅੰਤ ਤੱਕ ਰਹੇ ਨੇ। ਦੇਖੋ ਉਹਨਾਂ ਦੀ ਮੌਤ ਹੋਣਾ ਇੱਕ ਬੜਾ ਵੱਡਾ ਜਿਹੜਾ ਨਾ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ। ਇੱਕ ਤਾਂ ਬੰਦਾ ਹੋਏ ਨਾ ਜਿਹੜਾ ਕੋਈ ਗਲਤ ਮੁਲਤ ਖਾਂਦਾ ਹੋਏ, ਜਿੱਦਾਂ ਮੰਨ ਲਓ ਇੱਕ ਫਰਾਈਡ ਚੀਜ਼ਾਂ ਹੋ ਗਈਆਂ, ਫਾਸਟ ਫੂਡ ਹੋ ਗਏ, ਉਹ ਇਹਨਾਂ ਚੀਜ਼ਾਂ ਤੋਂ ਬੜਾ ਗੁਰੇਜ਼ ਕਰਦੇ ਸੀਗੇ।
ਜਦੋਂ ਕਿਤੇ ਉਹਨਾਂ ਨੇ ਜਾਣਾ ਹੁੰਦਾ, ਈਵਨ ਕਿ ਆ ਮੇਰੀ ਗੱਡੀ ਲੱਗੀ ਹੈ ਉਹਦੇ 'ਚ ਬਾਸਕਿਟ ਪਈ ਹੈ ਇੱਕ, ਹੁਣ ਰੱਖੀ ਗਈ ਆ, ਉਹ ਵੀ ਕਿੰਨੇ ਰਖਾਈ ਹੈ ਸੈਣੀ ਸਾਹਿਬ ਨੇ, ਉਹ ਟੋਕਰੀ ਦੇ ਵਿੱਚ ਕੀ ਆ, ਉਹ 'ਚ ਖਾਣ ਪੀਂਦੇ ਜਿੱਦਾਂ ਡਰਾਈ ਫਰੂਟਸ ਵਗੈਰਾ ਹੋ ਗਏ, ਕੁਛ ਚਣੇ ਹੋ ਗਏ, ਇਹੋ ਜਿਹੀਆਂ ਚੀਜ਼ਾਂ ਉਹ ਆਪਣੀ ਗੱਡੀ 'ਚ ਵੀ ਰੱਖਦੇ ਸੀ ਅਤੇ ਮੇਰੀ ਗੱਡੀ 'ਚ ਵੀ ਰਖਾਈਆਂ ਉਹਨਾਂ ਨੇ। ਕਹਿੰਦੇ ਬਾਹਰ ਦਾ ਕੱਖ ਨਹੀਂ ਖਾਣਾ, ਜੇ ਜਾਣਾ ਤਾਂ ਆਪਣਾ ਸਾਰਾ ਸਮਾਨ ਘਰੋਂ ਲੈ ਕੇ ਚਲੋ। ਇਹਨਾਂ ਚੀਜ਼ਾਂ ਦਾ ਉਹ ਖਿਆਲ ਰੱਖਦੇ ਸੀ। ਅਚਾਨਕ ਮੌਤ ਹੋਣਾ, ਇਹ ਬੜਾ ਵੱਡਾ ਸ਼ੱਕ ਦੇ ਘੇਰੇ 'ਚ। ਇੱਕ ਫਿਰ ਇਹ ਗੱਲ ਆ ਕਿ ਜਿਹੜਾ ਬੰਦਾ ਬੋਲਦਾ ਉਹਦੀ ਹੀ ਕਿਉਂ ਮੌਤ ਹੁੰਦੀ ਹੈ ਇੱਦਾਂ ਦੀ, ਠੀਕ ਹੈ ਨਾ। ਇੱਕ ਤਾਂ ਆਮ ਬੰਦੇ ਦਾ ਮਰ ਜਾਣਾ ਕੋਈ ਹੋਰ ਗੱਲ, ਉਹ ਵੀ ਨਹੀਂ, ਉਹਨਾਂ ਨੂੰ ਕੁਛ ਵੀ ਨਹੀਂ ਹੁੰਦਾ, ਠੀਕ ਹੈ। ਜਿਹੜੇ ਅੱਜ ਦਲਾਲ ਨੇ, ਜਿਹੜੇ ਕੌਮ ਦੇ ਵਿੱਚ ਦਲਾਲ ਬੈਠੇ ਹੋਏ ਨੇ, ਜਿਹੜੇ ਗਲਤ ਕੰਮ ਕਰਦੇ ਆ, ਜਿਹੜਾ ਪਖੰਡਵਾਦ ਫੈਲਾਉਂਦੇ ਨੇ, ਉਹਨਾਂ ਨੂੰ ਕੱਖ ਨਹੀਂ ਹੁੰਦਾ, ਉਹ ਖਾ ਖਾ ਕੇ ਏਡੇ ਏਡੇ ਫਿੱਟੇ ਪਏ ਨੇ, ਠੀਕ ਹੈ। ਜਿਹੜੇ ਬੋਲਣ ਵਾਲੇ ਆ, ਮੌਤ ਹੋਣਾ ਬੜਾ ਵੱਡਾ ਸ਼ੱਕ ਦੇ ਘੇਰੇ 'ਚ ਆਉਂਦਾ। ਬਾਕੀ ਪੋਸਟਮਾਰਟਮ ਦੀ ਰਿਪੋਰਟ ਜਿੰਨਾ ਚਿਰ ਤੱਕ ਨਹੀਂ ਆਉਂਦੀ, ਉਨਾ ਚਿਰ ਤੱਕ ਆਪਾਂ ਖੁੱਲ੍ਹ ਕੇ ਕਹਿ ਨਹੀਂ ਸਕਦੇ ਇਹਦੇ ਕਾਰਨ ਕੀ ਬਣੇ ਹੋਣਗੇ। ਮੌਕੇ 'ਤੇ ਉਹਨਾਂ ਦੇ ਸਹੁਰਾ ਸਾਹਿਬ ਗਏ ਆ, ਉਹ ਵੀ ਕੁਝ ਦੱਸ ਸਕਦੇ ਆ ਕਿ ਉਸ ਸਮੇਂ ਸਿਚੁਏਸ਼ਨ ਕਿੱਦਾਂ ਦੀ ਸੀਗੀ। ਬਾਕੀ ਬੜੀਆਂ ਚੀਜ਼ਾਂ ਗੁੰਝਲਾਂ ਨੇ, ਆਸ ਨਹੀਂ ਹੈਗੀ ਕਿ ਇਹ ਕਦੇ ਖੁੱਲ੍ਹਣਗੀਆਂ, ਕਿਉਂਕਿ ਜੋ ਸਰਕਾਰਾਂ ਦਾ ਰਵੱਈਆ ਹੈ, ਹਾਲਾਂਕਿ ਉਸ ਸਮੇਂ ਜਦੋਂ ਆਪਣੇ ਪਤਾ ਲੱਗਾ, ਭਗਵੰਤ ਮਾਨ ਸਾਹਿਬ ਨੂੰ ਪਤਾ ਲੱਗਾ ਕਿ ਇਹ ਗੱਲਬਾਤ ਹੋ ਗਈ ਆ, ਅਤੇ ਉਹਨਾਂ ਤੱਕ ਜਦੋਂ ਇਹ ਖਬਰਾਂ ਪਹੁੰਚੀਆਂ ਤਾਂ ਉਹਨਾਂ ਨੇ ਵੀ ਬੜੇ ਸੀਰੀਅਸ ਨੋਟ 'ਤੇ ਇਹਨਾਂ ਦਾ ਬੋਰਡ ਬਣਾਇਆ ਡਾਕਟਰਾਂ ਦਾ, ਸ਼ਾਇਦ 3 ਡਾਕਟਰ 2 ਕੈਮਰਾਮੈਨ ਇੱਦਾਂ ਕੁਛ ਕਰਕੇ ਉਹਨਾਂ ਨੇ ਸਾਰਾ ਕੁਛ ਕਰਕੇ ਬੜੀ ਆਪਣੇ ਵੱਲੋਂ ਉਹਨਾਂ ਨੇ ਨਿਗਰਾਨੀ ਦੇ ਹੇਠ ਕਰਾਇਆ, ਪਰ ਜਿਹੜਾ ਹਜੇ ਤੱਕ ਰਿਪੋਰਟ ਨਹੀਂ ਆਈ, ਅਤੇ ਇਹ ਵੀ ਕਈ ਸਵਾਲ ਖੜ੍ਹੇ ਕਰਦੀ, ਕਿਉਂਕਿ ਇੰਨੇ ਦਿਨਾਂ 'ਚ ਰਿਪੋਰਟ ਆ ਜਾਣੀ ਚਾਹੀਦੀ ਸੀ। ਕਹਿੰਦੇ ਕਿ 10-12 ਦਿਨਾਂ 'ਚ ਆ ਜਾਂਦੀ ਜੇ ਜ਼ਿਆਦਾ ਪ੍ਰੈਸ਼ਰ ਪਏ, ਸੋ ਹਜੇ ਤੱਕ ਨਹੀਂ ਆਈ। ਅਤੇ ਚੰਗੀ ਗੱਲ ਹੈ ਜੇ ਜਿਹੜੀ ਪੰਜਾਬ ਸਰਕਾਰ ਹੈ ਇਹ ਸਹੀ ਤਰੀਕੇ ਨਾਲ ਇਹਦਾ ਕੰਮ ਕਰਾ ਕੇ ਅਤੇ ਪਤਾ ਲਾ ਸਕੇ ਕਿ ਸੈਣੀ ਸਾਹਿਬ ਦੀ ਮੌਤ ਜਿਹੜੀ ਉਹ ਕਿੱਦਾਂ ਹੋਈ ਹੈ। ਹੈਰਾਨੀ ਦੀ ਗੱਲ ਹੈ ਬਾਜਵਾ ਸਾਹਿਬ, ਤੁਸੀਂ ਕਹਿੰਦੇ ਹੋ ਕਿ ਤੁਹਾਡੇ ਨਾਲ ਰਾਜਸਥਾਨ ਗਏ ਨੇ, ਉੱਥੇ ਤੁਰਦੇ ਫਿਰਦੇ ਰਹੇ ਨੇ, ਸਗੋਂ ਤੁਹਾਡੇ ਤੋਂ ਜ਼ਿਆਦਾ ਤੁਰਦੇ ਰਹੇ ਨੇ, ਤੁਹਾਡਾ ਅਸੀਂ ਗੱਲਬਾਤ ਕਰ ਰਹੇ ਸਾਂ, ਬਿਲਕੁਲ। ਅਤੇ ਉਹਦੇ ਲਹਿਦਾ ਘਰ ਆ ਕੇ ਇਹੋ ਜਿਹਾ ਕੀ ਹੋ ਗਿਆ, ਜਦ ਗਏ ਤਾਂ ਸਭ ਕੁਝ ਵਧੀਆ, ਉੱਥੇ ਰਹੇ ਤਾਂ ਸਭ ਕੁਝ ਵਧੀਆ, ਘਰ ਆ ਕੇ ਕੀ ਹੋ ਗਿਆ ਕਿ ਅਚਾਨਕ ਮੌਤ ਦੀ ਨੀਂਦ ਸੌਂ ਗਏ? ਜਦੋਂ ਆਪਾਂ CCTV ਫੁਟੇਜ ਵੀ ਦੇਖਦੇ ਹਾਂ ਨਾ, ਉਹਦੇ 'ਚ ਵੀ ਬਿਲਕੁਲ ਫਿੱਟ ਫਾਟ ਨੇ, ਉਹਦੇ 'ਚ ਬਿਲਕੁਲ ਤੁਰ ਫਿਰ ਰਹੇ ਆ। ਲਿਖਣ ਦਾ ਉਹਨਾਂ ਨੂੰ ਬੜਾ ਸ਼ੌਂਕ ਸੀ, ਉੱਤੇ ਵੀ ਲਿਖ ਰਹੇ ਆ ਆਪਣੇ ਅੱਗੇ ਜੋ ਵੀ ਉਹਨਾਂ ਨੇ ਅੱਗੇ ਪਲਾਨ, ਜੋ ਵੀਡੀਓ ਵਗੈਰਾ 'ਤੇ ਕੰਮ ਕਰਨਾ ਹੁੰਦਾ ਸੀ, ਸਾਰਾ ਕੁਛ ਆਪਣਾ ਕਰ ਰਹੇ ਸੀ। ਬਿਲਕੁਲ ਹੀ ਫਿੱਟ ਫਾਟ ਹੈ, ਕਿਤੇ ਵੀ ਕੋਈ 19-21 ਦੀ ਕਮੀ ਨਹੀਂ ਲੱਗ ਰਹੀ, ਕੋਈ ਮਤਲਬ ਲੱਗਦਾ ਹੀ ਨਹੀਂ ਹੈ ਕਿ ਕਿਸੇ ਤਰੀਕੇ ਦੀ ਕੋਈ ਮੈਡੀਕਲ ਕੋਈ ਚੀਜ਼ ਹੋ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਿਆ ਸ਼ੱਕ ਦੇ ਘੇਰੇ 'ਚ ਹੈ, ਇਹ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਇਹਦੇ 'ਤੇ ਬੜੀ ਜ਼ਰੂਰੀ। ਇੱਕ ਹੋਰ ਗੱਲ ਆਉਂਦੀ ਆ, ਅੱਗੇ ਮੱਖੂ ਸਾਹਿਬ ਗੱਲ ਕਰ ਰਹੇ ਸੀਗੇ ਕਿ ਆਪਾਂ ਹੁਣ ਆਸ ਵੀ ਕਿਹਦੇ ਕੋਲ ਰੱਖੀਏ ਇਨਵੈਸਟੀਗੇਸ਼ਨ ਦੀ। ਆਪਾਂ ਹੁਣ ਜੇ ਕਹਾਂਗੇ ਕਿ CBI ਨੂੰ ਜਾਂਚ ਕਰਾ ਦਿਉ, ਉਹ ਵੀ ਉੱਤੇ ਭਰੋਸਾ ਨਹੀਂ ਹੈਗਾ, ਠੀਕ ਹੈ। ਕੰਮ ਉਹਨਾਂ ਦਾ ਵੀ ਹੋ ਸਕਦਾ, ਕੀ ਪਤਾ ਕਿੱਦਾਂ ਹੈਗਾ, ਸੈਂਟਰ ਦਾ ਕੰਮ ਹੋ ਸਕਦਾ, ਕਿਉਂਕਿ ਜਿੰਨੇ ਸੈਂਟਰ ਦੇ ਖਿਲਾਫ਼ ਬੋਲਦੇ ਆ ਸਾਰਿਆਂ ਨਾਲ ਇਹੋ ਹੁੰਦਾ ਵਾ, ਠੀਕ ਹੈ। ਆਸ ਸਾਨੂੰ ਕਿਸੇ ਕੋਲ ਨਹੀਂ ਹੈਗੀ, ਮਤਲਬ ਇਸ ਸਮੇਂ ਕੁਝ ਸਾਰਾ ਕੁਝ ਸਿਚੁਏਸ਼ਨ ਜਿਹੜੀ ਹੈ ਡਾਵਾਂਡੋਲ ਆ। ਪਹਿਲਿਆਂ ਦੀ ਅਜੇ ਇਨਵੈਸਟੀਗੇਸ਼ਨ ਹੋ ਗਈ, ਉਹਨਾਂ ਦਾ ਇਨਸਾਫ਼ ਨਹੀਂ ਮਿਲਿਆ, ਅਤੇ ਅੱਗੋਂ ਹੁਣ ਨਵਾਂ ਜਿਹੜਾ ਉਹ ਕੰਮ ਫਿਰ ਚੱਲ ਪਿਆ ਵਾ। ਸੈਂਟਰ ਦੇ ਖਿਲਾਫ਼ ਬੋਲਣ ਬਾਰੇ ਤੁਸੀਂ ਗੱਲ ਕੀਤੀ, ਸੈਂਟਰ ਦੇ ਖਿਲਾਫ਼ ਵਾਲੀ ਗੱਲ ਵੀ ਹੈ, ਪਰ ਇੱਕ ਵਿਸ਼ੇਸ਼ ਗੱਲ ਜਿਹੜੀ ਪ੍ਰੀਤ ਸਾਹਿਬ ਦੀਆਂ ਵੀਡੀਓਜ਼ ਦੇ ਵਿੱਚ ਦੇਖਣ ਨੂੰ ਮਿਲਦੀ ਸੀ, ਸੁਣਨ ਨੂੰ ਮਿਲਦੀ ਸੀ, ਉਹਨਾਂ ਨੇ ਅੱਜ ਤੱਕ ਜਿੰਨੀਆਂ ਵੀਡੀਓਜ਼ ਬਣਾਈਆਂ ਵਿਸ਼ੇਸ਼ ਤੌਰ ਦੇ ਉੱਤੇ ਉਸ ਵਿੱਚ SGPC ਬਾਰੇ ਗੱਲਾਂ ਹੋਈਆਂ ਨੇ, ਖਾਸ ਕਰਕੇ SGPC ਦੇ ਅਹੁਦੇਦਾਰਾਂ ਬਾਰੇ। ਅਤੇ ਜੇ ਵਡਾਲਾ ਸਾਹਿਬ ਦੀ ਗੱਲ ਕਰੀਏ, ਉਹਨਾਂ ਨੇ ਤਾਂ ਸਪਸ਼ਟ ਤੌਰ ਦੇ ਉੱਤੇ ਆਪਣਾ ਖਦਸ਼ਾ ਜ਼ਾਹਿਰ ਕਰ ਹੀ ਦਿੱਤਾ ਆ ਕਿ ਮੈਨੂੰ ਇਹ ਖਦਸ਼ਾ ਆ ਕਿ ਹੋ ਸਕਦਾ ਕਿ ਕਿਤੇ ਉਹਨਾਂ ਦੇ ਵਿੱਚੋਂ ਕੁਝ ਨਾ ਹੋਵੇ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਇਹਦੇ 'ਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਚਾਹੂੰਗਾ। ਸ਼ੱਕ SGPC ਵੱਲ ਬੜਾ ਵੱਡਾ ਹੈ, 90% ਸ਼ੱਕ ਮੈਨੂੰ ਖੁਦ SGPC ਦਾ, SGPC ਦੇ ਜਿਹੜੇ ਗਲਤ ਅਨਸਰ ਨੇ, ਜਿਹੜੇ ਗਲਤ ਬੰਦੇ ਨੇ ਉਹਨਾਂ 'ਤੇ ਆ। ਸਾਰੀ SGPC ਮਾੜੀ ਨਹੀਂ ਹੈਗੀ, SGPC ਦੇ ਵਿੱਚ ਬਹੁਤ ਜ਼ਿਆਦਾ ਵਧੀਆ ਬੰਦੇ ਨੇ, ਇਹ ਉਹੀ ਵਧੀਆ ਬੰਦੇ ਨੇ ਜਿਹੜੇ ਸੈਣੀ ਸਾਹਿਬ ਨੂੰ ਵੀ ਪ੍ਰੂਫ ਕਲੂ ਅੰਦਰ ਦੀਆਂ ਜਾਣਕਾਰੀਆਂ ਕੱਢ ਕੇ ਲਿਆ ਕੇ ਦਿੰਦੇ ਸੀ। ਗੱਲ ਮਾੜਿਆਂ ਬੰਦਿਆਂ ਦੀ ਹੋ ਰਹੀ ਆ। ਇੱਕ ਗੱਲ ਇਹ ਵੀ ਸੋਚਣ ਵਾਲੀ ਆ, ਸ਼ੱਕ ਇਹਨਾਂ 'ਤੇ ਕਿਉਂ ਨਾ ਜਾਏ,
ਇਹਨਾਂ ਦੇ ਆਪਣੇ ਬੰਦੇ, ਇਹਨਾਂ ਦੇ ਨਾਲ ਜਥੇਦਾਰ ਦੇ ਨਾਲ ਰਹਿੰਦੇ ਬੰਦੇ ਜਿਹੜੇ ਆ ਉਹ ਪੋਸਟਾਂ ਪਾ ਰਹੇ ਆ ਕਿ ਗੁਰੂ ਰਾਮਦਾਸ ਜੀ ਨਾਲ ਮੱਥਾ ਲਾਇਆ ਜੀ, ਆਹ ਦੇਖ ਲਓ ਜੀ ਮਰ ਗਿਆ, ਠੀਕ ਹੈ, ਅਤੇ ਕੋਈ ਕਹੇ ਸੁਸਾਈਡ ਕਰ ਲਈ, ਕੋਈ ਕੁਛ। ਫਿਰ ਉਸ ਤੋਂ ਬਾਅਦ ਵੱਡੀ ਗੱਲ ਇਹ ਵਾ ਕਿ ਪੋਸਟਾਂ ਪਾਈਆਂ ਜਾਂਦੀਆਂ ਇਹਨਾਂ ਵੱਲੋਂ, ਉਸ ਤੋਂ ਬਾਅਦ ਲੱਡੂ ਵੰਡੇ ਜਾਂਦੇ ਨੇ, ਜਦੋਂ ਲੱਡੂ ਵੰਡਣ ਦਾ ਵਿਰੋਧ ਆਮ ਲੋਕਾਂ ਵੱਲੋਂ ਕੀਤਾ ਜਾਂਦਾ ਕਮੈਂਟਾਂ ਦੇ ਵਿੱਚ, ਅਤੇ ਫਿਰ ਉਹ ਪੋਸਟਾਂ ਡਿਲੀਟ ਕੀਤੀਆਂ ਜਾਂਦੀਆਂ ਨੇ। ਦੇਖੋ ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਜੇ ਫਿਰ ਤੁਸੀਂ ਐਡੇ ਸੱਚੇ ਸੀ, ਜੇ ਤੁਸੀਂ ਫਿਰ ਲੱਡੂ ਵੰਡ ਹੀ ਲਏ ਸੀ ਤਾਂ ਫਿਰ ਪੋਸਟਾਂ ਰਹਿਣ ਦਿੰਦੇ, ਠੀਕ ਹੈ। ਜੇ ਤੁਹਾਨੂੰ ਸੈਣੀ ਸਾਹਿਬ ਦੀ ਮੌਤ 'ਤੇ ਇੰਨਾ ਚਾਅ ਚੜਿਆ ਸੀ ਨਾ, ਫਿਰ ਉਹ ਪੋਸਟਾਂ ਰਹਿਣ ਦਿੰਦੇ ਬਰਕਰਾਰ, ਫਿਰ ਅਸੀਂ ਵੀ ਦੇਖਦੇ ਵੀ ਕਿਹੜੇ ਹਿਸਾਬ ਨਾਲ ਤੁਹਾਨੂੰ ਲੋਕ ਜਿਹੜੇ ਜੁੱਤੀਆਂ ਦਾ ਹਾਰ ਪਾਉਂਦੇ। ਇਹ ਸਾਰੀਆਂ ਚੀਜ਼ਾਂ ਸ਼ੱਕ ਦੇ ਘੇਰੇ 'ਚ ਇਹਨਾਂ ਨੇ ਆਪ ਹੀ ਲਿਆਂਦੀਆਂ ਹੋਈਆਂ ਨੇ। ਬੜੇ ਵੱਡੇ ਮਸਲੇ ਸੀ ਸਿੱਖ ਕੌਮ ਦੇ ਜਿਹੜੇ ਸੈਣੀ ਸਾਹਿਬ ਨੇ ਉਠਾਏ ਸੀ, ਔਰ ਅੱਗੇ ਬਹੁਤ ਕੁਛ ਸੀ, ਕਿਉਂਕਿ ਮੇਰੇ ਨਾਲ ਡਿਸਕਸ਼ਨ ਕਰਦੇ ਰਹਿੰਦੇ ਸੀ, ਦੱਸਦੇ ਰਹਿੰਦੇ ਸੀ ਕਿ ਹੁਣ ਅੱਗੇ ਨੈਕਸਟ ਐਪੀਸੋਡ ਦੇ ਵਿੱਚ ਆਇਆ ਆਪਾਂ ਕਰਨ ਜਾ ਰਹੇ ਹਾਂ, ਹੁਣ ਇੱਦਾਂ ਦਾ ਇਹਦਾ ਸਿਸਟਮ ਕਰਾਂਗੇ, ਫਲਾਣਾ ਬੰਦਾ ਆਇਆ ਮੇਰੇ ਕੋਲ। ਅੱਜ ਵੀ ਤੁਸੀਂ ਦੇਖਿਆ ਐਸ ਜੀ ਪੀ ਸੀ ਦੇ ਮੁਲਾਜ਼ਮ ਆਏ, ਅੱਜ ਵੀ ਕਿੰਨੇ ਬੰਦੇ ਇੱਥੇ ਆਏ, ਕਿੰਨੇ ਬੰਦਿਆਂ ਨੇ ਆ ਕੇ ਦੱਸਿਆ, ਹਾਲਾਂਕਿ ਉਹ ਕੈਮਰੇ ਸਾਹਮਣੇ ਨਹੀਂ ਆ ਸਕਦੇ, ਸਟੇਜ 'ਤੇ ਨਹੀਂ ਆ ਸਕਦੇ, ਪਰ ਉਹਨਾਂ ਨੇ ਗੱਲ ਕੀਤੀ ਕਿ ਅੰਦਰ ਦੀਆਂ ਗੱਲਾਂ ਜਿਹੜੀਆਂ ਸਾਰੀਆਂ ਜਿਹੜੀਆਂ ਉਹ ਸਾਡੇ ਥਰੂ ਇੱਥੇ ਆਉਂਦੀਆਂ ਰਹੀਆਂ, ਬਹੁਤ ਕੁਛ ਜਿਹੜਾ ਕੱਢ ਕੇ ਲਿਆਉਂਦੇ ਰਹੇ। ਅਤੇ ਬਾਕੀ ਇਹ ਵਾ ਕਿ ਹੁਣ ਆਉਂਦੇ ਸਮੇਂ 'ਚ ਐਸ ਜੀ ਪੀ ਸੀ ਦੀਆਂ ਇਲੈਕਸ਼ਨਾਂ ਵੀ ਆਉਣਗੀਆਂ, ਇਹਦਾ ਜਵਾਬ ਜਿਹੜਾ ਨਾ ਇਹ ਲੋਕਾਂ ਨੇ ਹੁਣ ਦੇਣਾ, ਠੀਕ ਹੈ। ਬਾਦਲ ਕਿਹਾ ਨੇ ਜਿੰਨੀ ਅੱਤ ਚੱਕਣੀ ਸੀ ਨਾ ਇਹਨਾਂ ਨੇ ਚੱਕ ਲਈ ਆ, ਹੁਣ ਆਉਂਦਾ ਸਮਾਂ ਜਿਹੜਾ ਨਾ ਉਹ ਆਪੇ ਡਿਸਾਈਡ ਲੋਕ ਦੱਸਣਗੇ, ਇਹਨਾਂ ਨੂੰ ਉਦੋਂ ਪਤਾ ਲੱਗੂਗਾ ਜਿੱਦਾਂ ਅੱਗੇ ਵਡਾਲਾ ਸਾਹਿਬ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਘੇਰਾ ਬਹੁਤ ਵੱਡਾ ਸੀ, ਪਾਕਿਸਤਾਨ ਦੀ ਕਮੇਟੀ ਹੋ ਗਈ, ਹਰਿਆਣਾ ਦੀ, ਹਿਮਾਚਲ ਦੀ, ਸਾਰੀਆਂ ਕਮੇਟੀਆਂ ਇਹਨਾਂ ਦੇ ਅੰਡਰ ਹੈਗੀਆਂ, ਹੁਣ ਸਾਰੀਆਂ ਅਲੱਗ ਅਲੱਗ ਹੋ ਚੁੱਕੀਆਂ ਨੇ। ਹੁਣ ਆਉਂਦੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਅਤੇ ਐਸ ਜੀ ਪੀ ਸੀ ਜਿਹੜੀ ਆ ਬਾਦਲਕਿਆਂ ਤੋਂ ਮੁਕਤ ਹੋਣ ਜਾ ਰਹੀ ਹੈ, ਇਹਦੀ ਮੋਹਰ ਜਿਹੜੀ ਆ ਸੈਣੀ ਸਾਹਿਬ ਨੇ ਲਾ ਦਿੱਤੀ ਹੈ। ਮੈਂ ਅੰਤ ਵਿੱਚ ਤੁਹਾਡੇ ਤੋਂ ਆਹੀ ਪੁੱਛਣਾ ਚਾਹੁੰਦਾ, ਹਰ ਕੋਈ ਕਹਿ ਰਿਹਾ ਆ ਕਿ ਉਹਦਾ ਆਪਣਾ ਪਰਸਪੈਕਟਿਵ ਹੈਗਾ ਕਿ ਮੌਤ ਕਿਸ ਤਰ੍ਹਾਂ ਹੋਈ ਹੈ, ਮੈਂ ਜਾਣਨਾ ਚਾਹੁੰਦਾ ਹਾਂ ਤੁਸੀਂ ਹਰਮਨ ਬਾਜਵਾ ਇਹਦੇ ਬਾਰੇ ਕੀ ਸੋਚਦੇ ਆ ਕਿ ਇਹ ਮੌਤ ਕਿਸ ਤਰ੍ਹਾਂ ਹੋਈ ਹੈ, ਇਹ ਮੌਤ ਦੇ ਪਿੱਛੇ ਕੌਣ ਹੋ ਸਕਦਾ? ਮੇਰੇ ਦੇਖੋ ਜਿਹੜਾ ਸ਼ੱਕ ਸਾਰਿਆਂ ਦਾ ਇਹੋ ਹੀ ਆ ਕਿ ਇਹ ਬਾਦਲਕਿਆਂ ਦਾ ਹੱਥ ਔਰ ਸੈਂਟਰ ਦਾ ਹੱਥ ਹੋ ਸਕਦਾ। ਅੱਜ ਵੀ ਜੇ ਇਹਨਾਂ ਦੋਨਾਂ ਨੂੰ ਆਪਾਂ ਦੇਖ ਲਿਆ ਜਾਏ ਤਾਂ ਇਹ ਦੋਨੇ ਇੱਕੋ ਹੀ ਨੇ, ਠੀਕ ਹੈ। ਹੁਣ ਵੀ ਤਾਂ ਸਮਝੌਤਾ ਹੋ ਹੀ ਜਾਣਾ ਸੀ ਜੇ ਕਿਸਾਨੀ ਅੰਦੋਲਨ ਨਾ ਹੁੰਦਾ, ਅਤੇ ਇਹ ਬੜੀਆਂ ਵੱਡੀਆਂ ਸਾਜ਼ਿਸ਼ਾਂ ਨੇ। ਅਤੇ ਮੈਂ ਤੁਹਾਨੂੰ ਇਹੀ ਦੱਸ ਰਿਹਾ ਕਿ ਜਿੰਨਾ ਚਿਰ ਮੈਡੀਕਲ ਰਿਪੋਰਟ ਆਉਂਦੀ ਨਹੀਂ ਉਨ੍ਹਾਂ ਚਿਰ ਤੱਕ ਕੁਛ ਵੀ ਸਹੀ ਪਤਾ ਜਿਹੜਾ ਉਹ ਨਹੀਂ ਲੱਗ ਸਕਦਾ। ਮੈਡੀਕਲ ਰਿਪੋਰਟ ਆਊਗੀ, ਪਰ ਇੱਥੇ ਮੈਡੀਕਲ ਰਿਪੋਰਟਾਂ ਵੀ ਬਦਲ ਦਿੱਤੀਆਂ ਜਾਂਦੀਆਂ ਨੇ, ਠੀਕ ਹੈ ਨਾ। ਭਰੋਸਾ ਆਪਾਂ ਕਿਸੇ 'ਤੇ ਕਰ ਹੀ ਨਹੀਂ ਸਕਦੇ। ਸ਼ੱਕ ਜਿਹੜਾ ਉਹ ਆਪੇ ਹੀ ਦੱਸ ਰਹੇ, ਨਾਲੇ ਇੱਕ ਥੱਲੇ ਪੋਸਟ ਪਾਈ ਆ ਕੱਲ੍ਹ ਪਰਸੋਂ ਕਿਸੇ ਨੇ ਕਮੈਂਟ ਵੀ ਕੀਤਾ, ਉਹਨੇ ਸਿੱਧਾ ਸ਼ਰੇਆਮ ਕਿਹਾ ਵਾ ਕਿ ਅਸੀਂ ਇਹਨੂੰ ਮਾਰਿਆ ਜੀ, ਪ੍ਰੀਤ ਸਿੰਘ ਸੈਣੀ ਦੇ ਅਸੀਂ ਮਾਰਿਆ, ਅਤੇ ਅਗਲਾ ਨੰਬਰ ਜਿਹੜਾ ਉਹ ਭੁਪਿੰਦਰ ਸਿੰਘ ਸੱਜਣ ਦਾ ਅਤੇ ਇੱਕ ਕਿਸੇ ਹੋਰ ਵੀਰ ਦਾ ਵੀ ਨਾਂ ਲੈਂਦੇ ਆ, ਖੁਦ ਤਾਂ ਕਹਿ ਰਹੇ ਆ, ਅਤੇ ਫਿਰ ਹੁਣ ਪਿੱਛੇ ਕੀ ਬਚ ਗਿਆ? ਠੀਕ, ਬਿਲਕੁਲ ਇਹੋ ਹਾਲਾਤ ਨੇ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਪ੍ਰੀਤ ਸਿੰਘ ਸੈਣੀ ਦੀ ਮੌਤ ਆਪਣੇ ਆਪ ਦੇ ਵਿੱਚ ਰਹੱਸ ਬਣ ਗਈ ਹੈ। ਪਰ ਇਸ ਰਹੱਸ ਦਾ ਪਤਾ, ਇਸ ਰਹੱਸ ਦਾ ਜਵਾਬ ਕਦੋਂ ਮਿਲੇਗਾ, ਸਵਾਲ ਇਹ ਖੜ੍ਹਾ ਹੁੰਦਾ।